ਪਿਛਲੇ 5-5.5 ਸਾਲਾਂ ਤੋਂ ਉਹ ਅਡਰੈਸ ਪਿਆ ਸੀਗਾ ਤੇ ਸਾਨੂੰ ਕੁਛ ਟੈਕਨੀਕਲ ਲੀਡਸ ਪਲੱਸ ਕੁਛ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਕੁਛ ਜਿਹੜੀਆਂ ਲੀਡ ਸੀ ਉਹਨੂੰ ਫਾਲੋ ਕਰ ਰਹੇ ਸੀ ਅਸੀਂ ਕੁਛ ਟਾਈਮ ਤੋਂ ਤੇ ਉਹ ਲੀਡਸ ਫਾਲੋ ਕਰਦੇ ਕਰਦੇ ਸਾਨੂੰ ਜਿਹੜੇ ਬੰਦੇ ਮਰਡਰ ਚ ਇਨਵੋਲਵ ਸੀਗੇ ਉਹ ਦੋਨੋਂ ਬੰਦੇ ਆਈਡੈਂਟੀਫਾਈ ਹੋ ਗਏ। ਉਹ ਦੋਨਾਂ ਚੋਂ ਇੱਕ ਸੌਰਵ ਨਾਮ ਦਾ ਵਿਅਕਤੀ ਹੈ ਜਿਹਦੀ ਕੀ ਮੌਤ ਹੋ ਚੁੱਕੀ ਹੈ ਤੇ ਜਿਹੜਾ ਦੂਸਰਾ ਅਭਿਸ਼ੇਕ ਉਰਫ ਰਜਤ ਰਾਣਾ ਹੈ ਇਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਦੋਨਾਂ ਨੇ ਮਰਡਰ ਇਹ ਕਰੀਬ 27 ਮਈ 2018 ਦੀ ਰਾਤ ਦੀ ਗੱਲ ਹੈ ਜਦੋਂ ਰਾਤ ਨੂੰ ਇਹ ਗਾਇਕੀ ਦੀ ਕਲਾਸ ਤੋਂ ਬਾਅਦ ਵਾਪਸ ਆ ਰਹੇ ਸੀਗੇ ਤਾਂ ਬਰਵਾਲਾ ਰੋਡ ਤੇ ਇਹਨਾਂ ਨੂੰ ਇਹ ਦੋਨੋਂ ਬੰਦੇ ਜਿਹੜੇ ਸੀਗੇ ਅਕਿਊਜ਼ਡ ਇਹ ਟੱਕਰ ਗਏ ਉੱਥੇ ਤੇ ਇਹਨਾਂ ਨੇ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਪਿਸਟਲ ਪੁਆਇੰਟ ਤੇ। ਜਦੋਂ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹ ਸੌਰਵ ਸੀਗਾ ਇਹ ਨਸ਼ੇ ਦਾ ਆਦੀ ਸੀਗਾ ਤਾਂ ਇਹਨਾਂ ਦੀ ਆਪਸ ਚ ਸਕਫਲ ਹੋ ਗਈ। ਜਦੋਂ ਸਕਫਲ ਹੋਈ ਤਾਂ ਇਹ ਸੌਰਵ ਨੂੰ ਧੱਕਾ ਮਾਰ ਕੇ ਇਹਨਾਂ ਨੇ ਨੀਚੇ ਸਿੱਟ ਲਿਆ ਤਾਂ ਇਹ ਦੋਨਾਂ ਬੰਦਿਆਂ ਨੇ ਫਿਰ ਅੰਧਾ ਧੁੰਦ ਗੋਲੀਆਂ ਚਲਾਣੀਆਂ ਸ਼ੁਰੂ ਕੀਤੀਆਂ ਤੇ ਕਰੀਬ 4 ਤੋਂ 5 ਗੋਲੀਆਂ ਜਿਹੜੀਆਂ ਸੀਗੀਆਂ ਉਹ ਜਿਹੜੇ ਵਿਕਟਿਮ ਹੈ ਉਹਦੇ ਬਾਡੀ ਦੇ ਉੱਤੇ ਵੱਜੀਆਂ ਸੀਗੀਆਂ ਤੇ ਇਮੀਡੀਏਟਲੀ ਉਹਨਾਂ ਦੀ ਡੈਥ ਹੋ ਗਈ ਸੀ। ਜਦੋਂ ਘਰੇ ਵਾਪਸ ਨਹੀਂ ਪਹੁੰਚੇ ਤਾਂ ਘਰ ਦੇ ਲੱਭਦੇ ਹੋਏ ਉਸ ਪੁਆਇੰਟ ਤੇ ਪਹੁੰਚ ਗਏ ਜਿੱਥੇ ਕਿ ਇਹ ਜਿਹੜਾ ਬਾਡੀ ਉਹਨਾਂ ਨੂੰ ਮਿਲੀ ਤੇ ਇਹ ਕਾਫੀ ਇਹ ਚ ਕੋਸ਼ਿਸ਼ ਹੋਈ ਪਰ ਇਹ ਟਰੇਸ ਨਹੀਂ ਹੋ ਪਾਇਆ ਤੇ ਸਾਨੂੰ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਕੇਸ ਜਿਹੜਾ ਹੈਗਾ ਇਹਨੂੰ ਟਰੇਸ ਕੀਤਾ ਤੇ ਇਸ ਜਿਹੜਾ ਬੰਦਾ ਇਹ ਚ ਇਨਵੋਲਵਡ ਹੈਗਾ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਇਹ ਜਿਹੜੇ ਬੰਦਾ ਫੜੇ ਗਏ ਜਿਹੜਾ ਬੰਦਾ ਇਹ ਦੋਸਤ ਸੀਗੇ ਇਹ ਇੱਕ ਰਾਹੁਲ ਖੱਟਾ ਗੈਂਗ ਸੀਗਾ ਯੂਪੀ ਦਾ ਇਹ ਉਸ ਗੈਂਗ ਦੇ ਮੈਂਬਰ ਸੀ ਤੇ ਇਹਨਾਂ ਨੇ ਇਹ ਗੱਡੀ ਜਿਹੜੀ ਸਨੈਚ ਕੀਤੀ ਸੀਗੀ ਇਹਨੂੰ ਅੱਗੇ ਇੱਕ ਜਿਹੜੀ ਯੂਪੀ ਤੇ ਹਰਿਆਣਾ ਦੇ ਵਿੱਚ ਉਸ ਟਾਈਮ ਦੌਰਾਨ ਇੱਕ ਗੈਂਗ ਦੇ ਆਪਸ ਦੇ ਵਿੱਚ ਟਸਲ ਚੱਲਦੀ ਪਈ ਸੀਗੀ ਤਾਂ ਉਸ ਇੱਕ ਵਾਰਦਾਤ ਦੇ ਰਿਗਾਰਡਿੰਗ ਯੂਜ਼ ਕਰਨਾ ਸੀ ਇਸ ਗੱਡੀ ਨੂੰ ਤੇ ਉਸ ਗੱਡੀ ਨੂੰ ਵਾਰਦਾਤ ਦੌਰਾਨ ਯੂਜ਼ ਕਰਨ ਦੇ ਮਕਸਦ ਲਈ ਇਹ ਲੁੱਟ ਖੋਹ ਜਿਹੜੀ ਕਾਰ ਦੀ ਕੀਤੀ ਗਈ ਸੀ। ਇਸ ਕਿਉਂਕਿ ਪਹਿਲਾਂ ਕਾਫੀ ਐਂਗਲਸ ਤੋਂ ਇਹ ਕੇਸ ਇਨਵੈਸਟੀਗੇਟ ਹੋਇਆ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਪਰਸਨਲ ਐਂਗਲਸ ਵੀ ਕਾਫੀ ਜਿਹੜੇ ਸੀ ਵਾਚੇ ਗਏ ਇਹਦੇ ਕਿ ਕੋਈ ਗਾਇਕ ਨਾਲ ਪਰਸਨਲ ਐਂਗਲ ਹੋਵੇ ਪਰ ਅਸਲ ਦੇ ਵਿੱਚ ਜੋ ਹੁਣ ਸਾਡੀ ਪੁੱਛਗਿੱਛ ਚੋਂ ਆਇਆ ਹੈ ਉਹ ਇਹ ਕਾਰ ਸਨੈਚਿੰਗ ਜਿਹੜਾ ਸੀਗਾ ਇਹਦਾ ਮੋਟਿਵ ਸੀਗਾ ਉਸ ਟਾਈਮ ਦੇ ਉੱਤੇ ਤੇ ਕਾਰ ਸਨੈਚਿੰਗ ਵੀ ਇੱਕ ਹੋਰ ਕ੍ਰਾਈਮ ਕਰਨਾ ਸੀ ਵੱਡਾ ਸੈਂਸੇਸ਼ਨਲ ਕ੍ਰਾਈਮ ਹਰਿਆਣਾ ਜਾਂ ਯੂਪੀ ਦੇ ਏਰੀਆ ਦੇ ਵਿੱਚ ਕਰਨਾ ਸੀ ਇਹਨਾਂ ਨੇ ਤਾਂ ਮਰਡਰ ਕਰਨਾ ਸੀ ਬੇਸਿਕਲੀ ਆਪੋਜਿਟ ਗੈਂਗ ਦੇ ਕਿਸੇ ਬੰਦੇ ਦਾ ਤੇ ਉਸ ਵਾਸਤੇ ਯੂਜ਼ ਕਰਨਾ ਸੀ ਇਸ ਕਰਕੇ ਇਸ ਚੀਜ਼ ਨੂੰ ਟਾਈਮ ਲੱਗਿਆ ਤੇ ਜਿਹੜਾ ਇਹਨਾਂ ਚੋਂ ਇੱਕ ਬੰਦਾ ਹੈ ਉਹਦੀ ਡੈਥ ਵੀ ਹੋ ਚੁੱਕੀ ਹੈ ਕਰੀਬ 2 ਸਾਲ ਪਹਿਲਾਂ। ਸਰ ਇਹ ਕਿੰਨੇ ਦਿਨ 2018 ਤੋਂ ਲੈ ਕੇ ਇਹ ਜਿਹੜਾ ਅਕਿਊਜ਼ ਫੜਿਆ ਇਹ ਕਿੱਥੇ ਰਿਹਾ ਤੇ ਕਿਸੇ ਜੇਲ੍ਹ ਚ ਸੀਗਾ ਜਾਂ ਕਿੱਥੇ ਇਹਨੂੰ ਕਾਬੂ ਕਿੱਥੋਂ ਕੀਤਾ ਗਿਆ? ਇਹ ਚ ਜਿਹੜਾ ਇਹ ਅਕਿਊਜ਼ ਸੀਗਾ ਇਹ ਕਿਉਂਕਿ ਜਿਵੇਂ ਮੈਂ ਦੱਸਿਆ ਕਿ ਇਹ ਗੈਂਗ ਦਾ ਮੈਂਬਰ ਸੀਗਾ ਤੇ ਇਹ ਕੁਝ ਸਾਲ ਪਹਿਲਾਂ ਇਹ ਫੜਿਆ ਗਿਆ ਸੀ ਯੂਪੀ ਪੁਲਿਸ ਦੁਆਰਾ ਤੇ ਯੂਪੀ ਪੁਲਿਸ ਨੇ ਇਹਨੂੰ ਜੇਲ੍ਹ ਦੇ ਵਿੱਚ ਉਹ ਚ ਕਸਟਡੀ ਦੇ ਵਿੱਚ ਸੀਗਾ ਤੇ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਤਾਂ ਅਸੀਂ ਇਹਨੂੰ ਕਸਟਡੀ ਚੋਂ ਹੀ ਲੈ ਕੇ ਆਏ। ਕਿਸੇ ਹੋਰ ਕੇਸ ਦੇ ਵਿੱਚ ਅਸੀਂ ਜੋ ਚੈੱਕ ਕੀਤਾ ਇਹਦੀ ਇਨਵੋਲਵਮੈਂਟ ਸੀਗੀ ਤਾਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਚੀਜ਼ ਜਿਹੜੀ ਸੀਗੀ ਸਾਹਮਣੇ ਆਈ ਸੀਗੀ ਕਿਉਂਕਿ ਸਾਨੂੰ ਇਹਦੀ ਲੀਡ ਸਾਰੀਆਂ ਇਹਦੇ ਤੱਕ ਪਹੁੰਚਾ ਰਹੀਆਂ ਸੀਗੀਆਂ। ਇਹ ਚ ਕੇਸ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਸਾਡੀ ਟੀਮ ਵੱਲੋਂ ਇਹ ਸਟਾਰਟ ਜਿਹੜਾ ਸੀਗਾ ਇਹ ਲੀਡ ਜਿਹੜੀ ਮਿਲੀ ਸੀਗੀ ਹਿਊਮਨ ਏਡ ਤੋਂ ਮਿਲੀ ਸੀਗੀ ਤੇ ਉਸ ਤੋਂ ਬਾਅਦ ਬੜੀ ਸਟਰੋਂਗ ਟੈਕਨੀਕਲ ਐਨਾਲਿਸਿਸ ਇਹਦੇ ਵਿੱਚ ਹੋਇਆ। ਕਰੀਬ 4 ਸਾਲ ਦਾ ਡੇਟਾ ਇਹਦੇ ਵਿੱਚ ਅਸੀਂ ਐਨਾਲਾਈਜ਼ ਕੀਤਾ ਉਦੋਂ ਬਾਅਦ ਅਸੀਂ ਇਸ ਬੰਦੇ ਤੇ ਪਹੁੰਚੇ ਸੀ। ਸਰ ਇਹ ਗੱਡੀ ਉੱਥੇ ਰਿਕਵਰ ਹੋਈ ਸੀ ਇਹ ਗੱਡੀ ਲੈ ਕੇ ਨਹੀਂ ਭੱਜੀ ਸੀਗੀ ਕਿਉਂਕਿ 2018 ਦੀ ਗੱਲ ਹੈ ਕਿਉਂਕਿ ਮਰਡਰ ਹੋ ਗਿਆ ਸੀਗਾ ਮਰਡਰ ਹੋ ਗਿਆ ਸੀ ਉਸ ਤੋਂ ਬਾਅਦ ਗੱਡੀ ਲੈ ਕੇ ਨਹੀਂ ਭੱਜੀ ਸੀ ਗੱਡੀ ਇਹਦੇ ਲੈ ਕੇ ਤਾਂ ਨਹੀਂ ਗੱਡੀ ਲੈ ਕੇ ਗਈ ਸੀ ਗੱਡੀ ਉੱਥੇ ਮਿਲੀ ਸੀ ਨਹੀਂ ਲੈ ਕੇ ਗਈ ਸੀ ਦੂਸਰਾ ਸਾਥੀ ਆ ਉਹਦੀ ਡੈਥ ਕਦੋਂ ਹੋਈ ਕਿਦਾਂ ਇਹ ਕਰੀਬ 1 ਸਾਲ ਪਹਿਲਾਂ ਤਾਂ ਇਹ ਕਨਫਰਮ ਤਾਂ ਨਹੀਂ ਹੈ ਪਰ ਸ਼ਾਇਦ ਨਸ਼ੇ ਦੀ ਓਵਰਡੋਜ਼ ਕਰਕੇ ਹੀ ਇਹਦੀ ਡੈਥ ਹੋਈ ਸੀ ਹਰਿਆਣਾ ਦਾ ਰਹਿਣ ਵਾਲਾ ਸੀ।
ਜਿਹੜਾ ਅਕਿਊਜ਼ ਤੁਸੀਂ ਲੈ ਕੇ ਆਏ ਹੋ ਸਰ, ਕਿੰਨੇ ਮਾਮਲੇ ਆਲਰੇਡੀ ਦਰਜ ਨੇ ਪੰਜਾਬ 'ਚ? ਹੈਗੇ ਕੋਈ ਹੋਰ ਮਾਮਲੇ ਇਹਦੇ 'ਤੇ ਦਰਜ? ਇਹਦੇ 'ਤੇ ਖਿਲਾਫ਼ ਸਾਨੂੰ ਜੋ ਪੁੱਛਗਿੱਛ ਤੋਂ ਅਤੇ ਐਜ਼ ਪਰ ਰਿਕਾਰਡ ਸਾਨੂੰ ਪਤਾ ਲੱਗਿਆ, 7 ਮੁਕਦਮੇ ਇਹ 'ਤੇ ਦਰਜ ਨੇ ਆਲਰੇਡੀ, ਜਿਹਦੇ ਵਿੱਚ ਯੂਪੀ ਦੇ ਵਿੱਚ 4 ਮੁਕਦਮੇ, 2 ਹਰਿਆਣੇ ਦੇ ਵਿੱਚ ਅਤੇ 1 ਇਹ ਪੰਜਾਬ ਦੇ ਵਿੱਚ ਦੱਸ ਰਹੇ, ਜਿਹੜਾ ਅਸੀਂ ਵੇਰੀਫਾਈ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਮੁਕਦਮਾ ਅਤੇ ਇੱਕ ਹੋਰ ਦਰਜ ਹੈ। ਇਹਦੇ ਵਿੱਚ ਜਿਹੜੀ ਰਿਕਵਰੀ, ਕਿਉਂਕਿ ਅਸੀਂ ਕਸਟਡੀ ਤੋਂ ਲਿਆਂਦਾ ਹੈ ਤਾਂ ਇਹਦੀ ਰਿਕਵਰੀ ਇਹ ਤੋਂ ਫਿਲਹਾਲ ਨਹੀਂ ਹੋਈ, ਪਰ 2019 ਦੇ ਵਿੱਚ ਹਰਿਆਣਾ ਦੇ ਇੱਕ ਰਾਏਪੁਰ ਰਾਣੀ ਥਾਣੇ ਦੇ ਵਿੱਚ ਇਹਦੀ ਇਹ ਵੈਪਨ ਜਿਹੜਾ ਯੂਜ਼ ਹੋਇਆ ਸੀ ਆਲਰੇਡੀ ਰਿਕਵਰ ਹੋ ਚੁੱਕਿਆ ਹੈ। ਨਹੀਂ ਨਵੇਂ ਜਿਹੜਾ ਸੀਗਾ ਇਹ ਡਿਊਰਿੰਗ ਇਨਵੈਸਟੀਗੇਸ਼ਨ, ਇਹਦੀ ਅਸੀਂ ਹੁਣ ਫੋਰੈਂਸਿਕ ਜਾਂਚ ਜਿਹੜੀ ਉਹ ਵੀ ਕਰਾਵਾਂਗੇ ਉੱਥੋਂ, ਉਸ ਕੰਸਰਨ ਪੁਲਿਸ ਸਟੇਸ਼ਨ ਤੋਂ ਵੈਪਨ ਰਿਕਵਰ ਕਰਕੇ। 2018 ਚ ਮਹਿਲਾ ਦੋਸਤ ਵੀ ਨਾਲ ਸੀਗੀ ਨਹੀਂ? ਉਸ ਟਾਈਮ ਤੇ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਫਿਲਹਾਲ, ਪਰ ਇਹ ਹੈ ਕਿ ਪ੍ਰੇਮ ਸਬੰਧ ਸੀ ਨਹੀਂ, ਇਹ ਮੈਂ ਤੁਹਾਨੂੰ ਦੱਸ ਦਿੱਤਾ ਜੀ ਇਹਨੇ ਪੁੱਛਗਿੱਛ ਤੋਂ ਕਲੀਅਰ ਕੱਟ ਆਇਆ ਕਿ ਪਰਸਨਲ ਐਂਗਲ ਇਹਦੇ ਇਨਵੋਲਵ ਨਹੀਂ ਸੀਗਾ। ਹਾਂ, ਡਿਊਰਿੰਗ ਇਨਵੈਸਟੀਗੇਸ਼ਨ ਸਾਰੇ ਓਬਵੀਅਸਲੀ ਪੁਲਿਸ ਦਾ ਫਰਜ਼ ਬਣਦਾ ਰਹੀ, ਸਾਰੇ ਐਂਗਲ ਜਿਹੜੇ ਸੀ ਐਕਸਪਲੋਰ ਕੀਤੇ ਗਏ ਸੀਗੇ, ਪਰ ਰਿਐਲਿਟੀ ਜਿਹੜੀ ਕਾਰ ਸਨੈਚਿੰਗ ਵਾਸਤੇ ਇਹ ਇੰਸੀਡੈਂਟ ਹੋਇਆ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਜਿਹੜੇ 9mm ਦੇ ਹਥਿਆਰ ਜਿਹੜੇ ਇਹ ਕਿੱਥੋਂ ਆਉਂਦੇ, ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਸਕੂਲ ਵੀ ਪੜੇ ਰਹੇ, ਇਸ ਤੋਂ ਪਹਿਲਾਂ ਵੀ ਪੜੇ ਗਏ ਨੇ, ਜੀ ਕਿੱਥੋਂ ਆਉਂਦੇ ਨੇ? ਇਹ ਦੇਖੋ ਇਹਦਾ ਕਨੈਕਸ਼ਨ ਆ ਰਿਹਾ ਸਾਹਮਣੇ ਜੀ, ਇਹ ਜਿਹੜਾ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ, ਜਿਹੜੀ ਰੀਸੈਂਟ ਪਿਛਲੇ ਸਾਲ ਦੋ ਸਾਲ ਦੇ ਵਿੱਚ ਵੈਪਨ ਫੜੇ ਜਾਂਦੇ ਉਹ ਸਾਰੇ ਮੱਧ ਪ੍ਰਦੇਸ਼ ਤੋਂ ਕਾਫੀ ਹੱਦ ਤੱਕ ਆ ਰਹੇ ਨੇ, ਪਰ ਇਹ 2018 ਦਾ ਮੈਟਰ ਹੈ, ਇਹ ਯੂਪੀ ਤੋਂ ਆਏ ਸੀ ਉਸ ਟਾਈਮ ਤੇ, ਯੂਪੀ ਦੇ ਹੀ ਰਹਿਣ ਵਾਲੇ ਆ ਬੰਦੇ, ਇਹ ਸ਼ਾਮਲੀ ਦਾ ਰਹਿਣ ਵਾਲਾ ਜਿਹੜਾ ਅਕਿਊਜ਼ ਅਸੀਂ ਫੜੇ, ਇਹ ਸ਼ਾਮਲੀ ਯੂਪੀ ਦਾ ਰਹਿਣ ਵਾਲਾ ਬੰਦਾ ਹੈ। ਉਹ ਮਰਡਰ ਹੋ ਗਿਆ ਜੀ, ਉਹ ਬੰਦੇ ਵੀ ਹੱਥ ਪੈਰ ਫੂਲ ਜਾਂਦੇ ਆ ਜੀ। ਉਸ ਤੋਂ ਬਾਅਦ ਨੈਕਸਟ ਵਾਲੇ ਤੇ ਆਈ ਜੀ, ਤਿੰਨ ਦੋਸ਼ੀ ਦੋ ਪੁੱਛ ਵਾਲਾ ਪਹਿਲਾਂ ਕਰਨਾ। ਦੋ ਹੋਰ ਮੈਟਰਸ ਨੇ ਜਿਸ ਰਿਗਾਰਡਿੰਗ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ, ਉਹ ਚੋ ਇੱਕ ਮੈਟਰ ਹੈ ਡੇਰਾ ਬੱਸੀ ਥਾਣੇ ਦਾ, ਇਹ ਚ 6 ਦਸੰਬਰ ਨੂੰ ਸਾਹਿਲ ਨਾਮ ਦੇ ਵਿਅਕਤੀ ਤੇ ਡੇਰਾ ਬੱਸੀ ਥਾਣੇ ਦੇ ਵਿਚ ਫਾਇਰਿੰਗ ਹੋਈ ਸੀਗੀ ਉਹਦੇ ਉੱਤੇ, ਤੇ 307 ਦਾ ਮੁਕਦਮਾ ਜਿਹੜਾ ਸੀ 377 ਨੰਬਰ ਉਸ ਦਿਨ ਅਸੀਂ ਦਰਜ ਕਰ ਲਿਆ ਸੀ ਡੇਰਾ ਬੱਸੀ ਥਾਣੇ ਦੇ ਵਿਚ। ਉਹ ਜਿਹੜਾ ਮੁਕਦਮੇ ਦੀ ਤਫਤੀਸ਼ ਦੌਰਾਨ ਜਿਹੜੇ ਬੰਦੇ ਚ ਇਨਵੋਲਵ ਸੀਗੀ ਉਹ 4 ਬੰਦੇ ਆਈਡੈਂਟੀਫਾਈ ਹੋ ਚੁੱਕੇ ਨੇ, 4 ਚੋਂ ਜਿਹੜੇ 3 ਬੰਦੇ ਦੇ ਵਿੱਚ ਆਲਰੇਡੀ ਅਰੈਸਟਿਡ ਨੇ, ਤੇ ਜਿਹੜਾ 4th ਬੰਦਾ ਉਹ ਇੱਕ ਹੋਰ ਕੇਸ ਦੇ ਵਿੱਚ ਸਾਨੂੰ ਅੱਜ ਸਵੇਰੇ ਅਰੈਸਟ ਹੋ ਗਿਆ ਉਹ ਵੀ, ਤੇ ਉਹ ਵੀ ਇਹ 'ਚ ਜਿਹੜਾ ਇਨਵੋਲਵ ਸੀਗਾ ਇਹਦੇ ਵਿੱਚ ਵੀ ਉਹਦੀ ਅਰੈਸਟ ਜਲਦੀ ਪਾਲੀ ਜਾਏਗੀ। ਇਹਨਾਂ ਦਾ ਜਿਹੜਾ ਮੁੱਖ ਮੋਟਿਵ ਸੀਗਾ ਉਹ ਸੀਗਾ ਆਪਸੀ ਦੁਸ਼ਮਣੀ, ਇਹਨਾਂ ਦੀ ਆਪਸੀ ਰਾਇਵਲਰੀ ਸੀਗੀ, ਆਪਸੀ ਲੜਾਈ ਝਗੜਾ ਚੱਲ ਰਿਹਾ ਸੀਗਾ, ਤੇ ਇੱਕ ਲਾਲਾ ਬੇਨੀਪਾਲ ਨਾਮ ਦਾ ਬੰਦਾ ਜਿਹੜਾ ਕਿ ਬਾਹਰ ਬੈਠਾ ਹੈ ਇਹ ਉਹਦੇ ਇਸ਼ਾਰੇ ਤੇ ਇਹ 4 ਬੰਦਿਆਂ ਨੇ ਆ ਕੇ ਇਹ ਇੰਸੀਡੈਂਟ ਨੂੰ ਅੰਜਾਮ ਦਿੱਤਾ ਸੀਗਾ। ਇਹਦਾ ਮਾਸਟਰਮਾਈਂਡ ਜਿਹੜਾ ਹੈਗਾ ਇਹ ਹਰਿੰਦਰ ਸਿੰਘ ਹੈ, ਜਿਹੜਾ ਕਿ ਲਾਲਾ ਬੇਨੀਪਾਲ ਦਾ ਭਰਾ ਹੈ, ਤੇ ਉਹਦਾ ਹਜੇ ਫੜਨਾ ਜਿਹੜਾ ਹੈ ਬਾਕੀ ਹੈ। ਜਿਹੜਾ ਇਸ ਇੰਸੀਡੈਂਟ ਦੇ ਵਿੱਚ ਆਲਰੇਡੀ 2 ਵੈਪਨ 32 ਬੋਰ ਦੇ ਸਾਨੂੰ ਜਿਹੜੇ ਹੈਗੇ ਆ ਰਿਕਵਰ ਹੋ ਚੁੱਕੇ ਨੇ, ਤੇ 5 ਜ਼ਿੰਦਾ ਕਾਰਤੂਸ ਵੀ ਜਿਹੜੇ ਰਿਕਵਰ ਹੈ, ਤੇ ਇਸ ਨਾਲ ਇਹ ਜਿਹੜਾ ਇੰਸੀਡੈਂਟ ਹੈ ਇਹ ਵੀ ਸਾਰਾ ਜਿਹੜਾ ਸੋਲਵ ਹੋ ਗਿਆ ਹੈ, ਤੇ ਇਹ ਕੱਲਾ ਹਰਿੰਦਰ ਜਿਹੜਾ ਹੈਗਾ ਉਹੀ ਫੜਨਾ ਬਾਕੀ ਹੈ। ਬਿਲਕੁਲ ਜੀ, ਪੰਜਾਬ ਤੁਹਾਡਾ ਬਿਲਕੁਲ ਵੈਲਿਡ ਪੁਆਇੰਟ ਹੈ ਜੀ, ਤੇ ਇਹ ਹਥਿਆਰ ਜਿਹੜੇ ਬਾਰ ਬਾਰ ਹੈ ਮੈਜੋਰਟੀ ਆਈ ਦੀ ਰੇਟ ਦੇ ਵਿੱਚ ਤਾਂ MP ਤੋਂ ਆ ਰਹੇ ਹੈ, ਕੁਛ ਕੁਛ UP ਤੋਂ ਵੀ ਆ ਰਹੇ ਨੇ, ਤੇ ਕੁਛ ਕ੍ਰੋਸ ਬਾਰਡਰ ਵੀ ਆ ਰਹੇ ਨੇ,
ਤਾਂ ਇਹ ਜਿਹੜੀ ਚੇਨ ਤੋੜਨ ਵਾਲੀ ਗੱਲ ਹੈ, ਪੰਜਾਬ ਪੁਲਿਸ ਬਿਲਕੁਲ ਕਮਿਟਿਡ ਹੈ ਇਸ ਚੀਜ਼ ਨੂੰ ਲੈ ਕੇ। ਤੁਸੀਂ ਦੇਖ ਸਕਦੇ ਹੋ ਕਾਫੀ ਡਿਸਟ੍ਰਿਕਟਸ ਦੇ ਵਿੱਚ ਬੜਾ ਅੱਛਾ ਕੰਮ ਹੋਇਆ ਇਹਦੇ ਵਿੱਚ, ਤੇ ਪੂਰੇ MP ਤੀਕਰ ਪੰਜਾਬ ਪੁਲਿਸ ਬਾਰ ਬਾਰ ਰੇਡ ਕਰਦੀ ਹੈ, ਤੇ ਉੱਥੋਂ ਜਿਹੜੀਆਂ ਫੈਕਟਰੀਜ਼ ਹੈਗੀ ਆ ਉਹ ਵੀ ਬਰਸਟ ਕਰਦੀਆਂ, ਤੇ ਉੱਥੋਂ ਜਿਹੜੇ ਵੱਡੇ ਸਮਗਲਰਸ ਦੇ ਹਥਿਆਰਾਂ ਦੇ ਉਹਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਂਦਾ। ਕਰੀਬ ਮੇਰੇ ਕੋਲ ਐਗਜੈਕਟ ਡੇਟਾ ਤਾਂ ਨਹੀਂ ਹੈਗੀ, ਪਰ 100 ਦੀ ਗਿਣਤੀ ਦੇ ਵਿੱਚ ਜਿਹੜੇ ਹਥਿਆਰ ਹੈ ਪੂਰੇ ਪੰਜਾਬ ਪੁਲਿਸ ਵੱਲੋਂ ਜਿਹੜੇ ਰਿਕਵਰ ਕੀਤੇ ਗਏ, ਤੇ ਅੱਗੇ ਵੀ ਇਸੇ ਤਰ੍ਹਾਂ ਹਥਿਆਰ ਨਜਾਇਜ਼ ਹਥਿਆਰਾਂ ਦੇ ਖਿਲਾਫ਼ ਪੰਜਾਬ ਪੁਲਿਸ ਦੀ ਜਿਹੜੀ ਇਹ ਮੁਹਿੰਮ ਹੈ ਜਾਰੀ ਰਹੇਗੀ। ਲਾਲਾ ਤੇ ਸਾਹਿਲ ਦੀ ਆਪਸੀ ਰੰਜਿਸ਼ ਕੀ ਹੈ? ਇਹਨਾਂ ਦੀ ਆਪਸੀ ਲੜਾਈ ਝਗੜਾ ਸੀਗਾ, ਇਹ ਜਿਹੜੇ ਰੰਜਿਸ਼ ਉੱਥੇ ਲੋਕਲ ਦੋ ਬੰਦਿਆਂ ਦੀ ਹੈ, ਇੱਕ ਬੰਦੇ ਨੂੰ ਲਾਲਾ ਸਪੋਰਟ ਕਰਦਾ ਆਪਸੀ ਲੜਾਈ ਝਗੜੇ ਦੀ ਗਰੁੱਪ। ਐਸ਼ਵੀ ਸਾਹਿਬ, ਕਿਉਂਕਿ ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ, ਜ਼ੀਰਕਪੁਰ, ਡੇਰਾਬਸੀ, ਪੀਰ ਮੁਛੱਲਾ ਏਰੀਆ, ਇਹ ਪਹਿਲਾਂ ਵੀ ਇੱਥੇ ਇਨਕਾਊਂਟਰ ਹੋਏ ਹੈ, ਕਿਉਂਕਿ ਇਹ ਲੋਕਾਂ ਵਾਸਤੇ ਹੈ ਵੀ ਤੋਂ ਦੋ ਦਿਨ ਪਹਿਲਾਂ ਵੀ ਇੱਥੇ ਜੀ ਉੱਥੇ ਗਿਆ ਸੀਗਾ, ਉਹ ਵੈਰੀਫਾਈ ਕਰਾਈ ਸੀਗਾ। ਇਸ ਨੂੰ ਲੈ ਕੇ ਹੁਣ ਪੁਲਿਸ ਕੀ ਕਰ ਰਹੀ ਹੈ ਸਰ? ਕਿਉਂਕਿ ਪਿਛਲੇ ਦਿਨਾਂ ਦੇਖਿਆ ਕਿ ਵੈਪਨਸ ਲੁਕੋਤਾ ਜਾਂ ਫਿਰ ਖੁਦ ਜਾ ਕੇ ਉੱਥੇ ਗੈਂਗਸਟਰ ਲੁਕੇ ਹੋਏ, ਇਸ ਤਰ੍ਹਾਂ ਦੀ ਚੀਜ਼ਾਂ ਇਹ ਗੜ ਬਣ ਚੁੱਕਿਆ ਕਹਿ ਸਕਦੇ ਹਾਂ ਕਿ ਫਲੈਟ ਜਿਹੜਾ ਹੱਬ ਬਣਿਆ ਉੱਥੇ ਸੋਸਾਇਟੀ। ਨਹੀਂ, ਮੈਂ ਇਹਨੂੰ ਹੋਰ ਤਰੀਕੇ ਨਾਲ ਤੁਹਾਨੂੰ ਪ੍ਰੈਜੈਂਟ ਕਰਨਾ ਚਾਹੂੰਗਾ ਕਿ ਜੇ ਹੁਣ ਇੰਨੇ ਐਕਟੀਵਿਟੀਜ਼ ਹੋ ਰਹੀਆਂ, ਇਨਕਾਊਂਟਰਸ ਹੋ ਰਹੇ ਆ, ਪੁੱਛਗਿੱਛ ਹੋ ਰਹੀ ਹੈ, ਬੰਦੇ ਫੜੇ ਜਾ ਰਹੇ ਆ, ਤਾਂ ਇਹਦਾ ਮਤਲਬ ਪੁਲਿਸ ਇਸ ਟਾਈਮ ਤੇ ਪੂਰੀ ਮੁਸ਼ਤੈਦ ਤੇ ਐਕਟਿਵ ਹੈ। ਜਿਵੇਂ ਆਪਾਂ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਜ਼ੀਰਕਪੁਰ, ਖਰੜ ਏਰੀਆਜ਼ ਹੈਗੇ ਆ, ਇਹ ਬੜੇ ਕੰਜੈਸਟਿਡ ਏਰੀਆਜ਼ ਹੈ ਜਿਹਦੇ ਨਾਲ ਕ੍ਰਿਮੀਨਲ ਨੂੰ ਅਨੋਨਿਮਿਟੀ ਮਿਲਦੀ ਹੈ। ਉਹ ਅਨੋਨਿਮਿਟੀ ਦਾ ਫਾਇਦਾ ਉਠਾ ਕੇ ਕ੍ਰਾਈਮ ਕਰਨ ਤੋਂ ਬਾਅਦ ਜਿਹੜਾ ਕ੍ਰਿਮੀਨਲ ਇੱਥੇ ਲੁਕਣ ਦੀ ਕੋਸ਼ਿਸ਼ ਕਰਦਾ। ਪਰ ਪਿਛਲੇ ਇੱਕ ਸਾਲ ਤੋਂ ਅਸੀਂ ਰੈਗੂਲਰ ਜਿਹੜੇ RWAs ਨਾਲ ਤੇ ਉੱਥੇ ਦੇ ਜਿਹੜੇ ਲੋਕਲ ਰਿਪ੍ਰੈਜੈਂਟੇਟਿਵ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ। ਸਾਡੀ ਟੈਲੈਂਟ ਵੈਰੀਫਿਕੇਸ਼ਨ ਡਰਾਈਵ ਰੈਗੂਲਰ ਜਿਹੜੀ ਚਲਾਈ ਗਈ ਹੈ, ਉਹਦਾ ਬੜੀ ਸਾਨੂੰ ਸਕਸੈਸਫੁਲ ਤੇ ਬੜੇ ਅੱਛੇ ਰਿਜ਼ਲਟ ਉਹਦੇ ਮਿਲ ਰਹੇ ਨੇ। ਕਾਫੀ ਹੱਦ ਤੱਕ ਟੈਲੈਂਟ ਵੈਰੀਫਿਕੇਸ਼ਨ ਕਾਫੀਆਂ ਨੇ ਕਰਾ ਲਈ ਹੈ, ਤੇ ਉਹਦਾ ਰਿਜ਼ਲਟ ਇਹੀ ਹੈ ਕਿ ਹੁਣ ਜੇ ਕੋਈ ਮਾੜਾ ਬੰਦਾ ਉੱਥੇ ਆਉਂਦਾ ਤਾਂ ਸਾਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਇਨਫੋਰਮੇਸ਼ਨ ਵਗੈਰਾ ਸਾਡੇ ਤੱਕ ਪਹੁੰਚ ਜਾਂਦੀ ਹੈ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਇਹ ਸਡਨ ਇੰਸੀਡੈਂਟਸ ਉੱਥੇ ਲੁਕਣ ਦੇ ਵੱਧ ਗਏ, ਮੈਂ ਇਹ ਕਹਿਣਾ ਚਾਹੂੰਗਾ ਹੁਣ ਇਹ ਸਡਨ ਇੰਸੀਡੈਂਟਸ ਸਾਡੇ ਫੜਨ ਦੇ ਵੱਧ ਗਏ, ਤਾਂ ਕਿਉਂਕਿ ਸਾਡੀ ਪਿਛਲੇ ਸਾਲ ਡੇਢ ਸਾਲ ਤੋਂ ਜਿਹੜੀ ਅਸੀਂ ਮਿਹਨਤ ਕਰ ਰਹੇ ਹਾਂ ਇਹਦੇ ਉੱਤੇ, ਉਹ ਸਾਨੂੰ ਇਨਫੋਰਮੇਸ਼ਨ ਵੀ ਮਿਲ ਰਹੀ ਹੈ, ਸਾਡੀ ਟੈਕਨੀਕਲ ਐਨਾਲਿਸਿਸ ਵੀ ਉਹਦਾ ਵੀ ਫਾਇਦਾ ਹੋ ਰਿਹਾ, ਜਿਸ ਕਰਕੇ ਇਮੀਡੀਏਟਲੀ ਜ਼ਿਆਦਾ ਕ੍ਰਿਮੀਨਲ ਨੂੰ ਅਸੀਂ ਅਰੈਸਟ ਕਰ ਲਈਦਾ ਜਾਂ ਫਿਰ ਇਟ ਰਿਜ਼ਲਟਸ ਇਨ ਟੂ ਐਨ ਐਨਕਾਊਂਟਰ। ਹੋਟਲ ਦੇ ਰਾਊਟ ਬਿੰਗ ਯੂ, ਜਿਵੇਂ ਇੱਕੋ ਐਨਕਾਊਂਟਰ ਜ਼ੀਰਕਪੁਰ ਪਿੱਛੇ ਹੋਇਆ ਸੀਗਾ, ਤੁਸੀਂ ਉਹ ਹੋਟਲ ਦੇ ਵਿੱਚ ਉਹ ਰਹਿ ਰਹੇ ਸੀਗੇ, ਤਾਂ ਹੋਟਲ ਵਗੈਰਾ ਵੀ ਯੂਜ਼ ਹੋ ਰਹੇ ਨੇ। ਇਨਫੈਕਟ ਉਹ ਵੀ ਸਾਰੀ ਅਸੀਂ ਵੈਰੀਫਿਕੇਸ਼ਨ ਵਗੈਰਾ ਪ੍ਰੋਪਰ ਹੋਟਲ ਦੇ ਵਿੱਚ ਵੀ ਡਰਾਈਵ ਸਾਡੀਆਂ ਜਾਰੀ ਹੈ, ਉਸ ਇੰਸੀਡੈਂਟ ਦੇ ਵਿੱਚ ਵੀ ਪ੍ਰੋਪਰ ਵੈਰੀਫਿਕੇਸ਼ਨ ਹੋ ਕੇ ਰੱਖਿਆ ਹੋਇਆ ਸੀਗਾ। ਨਹੀਂ, ਰੈਗੂਲਰਲੀ ਸਾਡੀਆਂ ਜਿਹੜੇ ਸਰਚ ਆਪਰੇਸ਼ਨ ਸਾਰੇ ਏਰੀਆਜ਼ ਦੇ ਵਿੱਚ, ਜ਼ੀਰਕਪੁਰ ਵੀ, ਡੇਰਾਬਸੀ, ਖਰੜ, ਇੰਕਲੂਡਿੰਗ ਮੋਹਾਲੀ ਜਿਹੜੇ ਹੈਗੇ ਆ, ਸਾਡੇ ਰੈਗੂਲਰ ਸਰਚ ਆਪਰੇਸ਼ਨ ਦੇ ਵਿੱਚ ਚੱਲਦੇ ਰਹਿੰਦੇ ਆ। ਇਹ ਜਿਹੜੇ ਸਾਰੇ ਰਿਜ਼ਲਟ ਸਾਰੇ ਜਿਹੜੀਆਂ ਸਾਡੇ ਰੈਗੂਲਰ ਡਰਾਈਵਸ ਹੈ ਉਹਨਾਂ ਦਾ ਹੀ ਨਤੀਜਾ। ਡਰੱਗ ਨਾਲ ਹਜੇ ਤੀਕਰ ਕੋਈ ਲਿੰਕ ਸਾਹਮਣੇ ਨਹੀਂ ਆਇਆ, ਪਰ ਹਾਂ ਇਹਨਾਂ ਦਾ ਲੜਾਈ ਝਗੜੇ ਦੇ ਵਿੱਚ ਜਿਹੜਾ ਗਰੁੱਪਿਜ਼ਮ ਹੈਗਾ ਉਹਦੇ ਵਿੱਚ ਡਾਇਰੈਕਟ ਰਿਲੇਸ਼ਨ ਚ ਸੀਗੇ, ਤੇ ਇਹ ਚ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਬਾਹਰ ਬੰਦਾ ਬੈਠਾ ਸੀਗਾ ਉਹਦੇ ਇਸ਼ਾਰੇ ਤੇ ਸਾਰਾ ਜਿਹੜੇ ਇੰਸੀਡੈਂਟ ਇਹ ਚੱਲ ਰਿਹਾ ਸੀਗਾ। ਜਿਹੜਾ ਥਰਡ ਇੰਸੀਡੈਂਟ, ਜਿਹੜਾ ਥਰਡ ਕੇਸ ਹੈਗਾ ਉਹਦੇ ਵਿੱਚ ਅੱਜ ਸਵੇਰੇ ਜਿਹੜਾ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਹੈ ਉਹਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਤੇ ਉਹਨਾਂ ਤੋਂ 3 ਪਿਸਟਲ ਜਿਹੜੇ ਰਿਕਵਰ ਕੀਤੇ ਗਏ। ਇਹ ਦੋ ਸਾਥੀ, ਇਹਨਾਂ ਦਾ ਨਾਮ ਅੰਕਿਤ ਉਰਫ ਅੰਕਿਤ ਰਾਣਾ ਹੈ ਅਤੇ ਦੂਸਰੇ ਦਾ ਨਾਮ ਹਰਪ੍ਰੀਤ ਸਿੰਘ ਉਰਫ ਮੱਖਣ ਹੈ। ਜਿਹੜਾ ਹਰਪ੍ਰੀਤ ਸਿੰਘ ਉਰਫ ਮੱਖਣ ਹੈ ਇਹ ਮੈਂ ਕਹਿ ਰਿਹਾ ਸੀ ਇਹ ਚੌਥਾ ਬੰਦਾ ਹੈ ਜਿਹੜਾ ਡੇਰਾਬਸੀ ਵਾਲੇ ਕੇਸ ਦੇ ਵਿੱਚ ਵੀ ਅਕਿਊਜ਼ਡ ਹੈ।
ਇਹ ਦੋਨੋ ਬੰਦੇ ਗ੍ਰਿਫ਼ਤਾਰ ਕੀਤੇ ਗਏ। ਇਨ੍ਹਾਂ ਦੋਨਾਂ ਤੋਂ ਜਿਹੜੇ ਤਿੰਨ ਵੈਪਨ ਹੈ, ਤਿੰਨੋ 32 ਬੋਰ ਦੇ ਵੈਪਨ ਹੈ ਅਤੇ 10 ਕਾਰਤੂਸ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ, ਪਲੱਸ ਉਸਦੇ ਨਾਲ ਨਾਲ ਮੋਟਰਸਾਈਕਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ, ਤੇ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਡੇਰਾਬੱਸੀ ਵਾਲੇ ਇੰਸੀਡੈਂਟ ਦੇ ਵਿੱਚ ਇਸਤੇਮਾਲ ਹੋਇਆ ਸੀਗਾ। ਤਾਂ ਇਹ ਹੁਣ ਇਹਦੀ ਇਹਨਾਂ ਦੀ ਡਿਟੇਲ ਚ ਪੁੱਛਗਿੱਛ ਕੀਤੀ ਜਾਏਗੀ। ਇਹ ਵੀ ਕੋਈ ਵੱਡੀ ਵਾਰਦਾਤ ਕਰਨ ਦੇ ਫਿਰਾਕ ਦੇ ਵਿੱਚ ਸੀਗੇ, ਤੇ ਇਹਨਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਇਹ ਕੋਈ ਜਿਹੜਾ ਇੰਸੀਡੈਂਟ ਹੋਣ ਵਾਲਾ ਸੀਗਾ ਉਹਨੂੰ ਬਚਾਇਆ ਗਿਆ ਹੈ। ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੂੰਗਾ, ਜਿਹੜਾ ਅੰਕਿਤ ਉਰਫ ਅੰਕਿਤ ਰਾਣਾ ਹੈ, ਇਹਦੇ ਉੱਤੇ ਕਰੀਬ 5 ਮੁਕੱਦਮਿਆਂ ਪਹਿਲਾਂ ਹੀ ਦਰਜ ਨੇ, ਤੇ ਇਹਦੇ ਵਿੱਚ ਪੰਜਾਬ ਤੇ ਹਰਿਆਣਾ ਦੋਨੋਂ ਸਟੇਟਸ ਦੇ ਵਿੱਚ ਇਹਦੇ ਖਿਲਾਫ਼ ਮੁਕੱਦਮੇ ਦਰਜ ਨੇ, ਤੇ ਇਹ ਐਜ਼ ਪਰ ਪ੍ਰੀਲਿਮਨਰੀ ਇਨਫੋਰਮੇਸ਼ਨ ਪੰਚਕੂਲਾ ਪੁਲਿਸ ਨੂੰ ਵਾਂਟਡ ਵੀ ਸੀਗਾ ਇਹ। ਬਾਕੀ ਡਿਟੇਲਸ ਅਸੀਂ ਉਹਨਾਂ ਨਾਲ ਟਾਈਪ ਕਰਕੇ ਲੈ ਰਹੇ ਹਾਂ। ਸਰੀ ਅੰਕਿਤ ਰਾਣਾ ਉਹੀ ਹੈ, ਬੁੱਕੀ ਰਾਣਾ ਦਾ ਕੋਈ ਨਹੀਂ, ਟ੍ਰਾਈਬਲ ਹੈ ਕਾਸ਼ੀ ਗਾਜੀ, ਇਹ ਬੁੱਢਾ ਗੈਂਗ ਦਾ ਮੈਂਬਰ ਹੈ, ਬੁੱਕੀ ਰਾਣੇ ਦਾ ਟ੍ਰਾਈਬਲ ਸੀਗਾ, ਪੰਚਕੂਲਾ ਵੀ ਵਾਂਟਡ ਹੈ ਇਹ। ਇਹ ਅਸੀਂ ਹਜੇ ਪੁੱਛਗਿੱਛ ਵੈਰੀਫਾਈ ਕਰਾਂਗੇ, ਇਸ ਤੋਂ ਸ਼ੂਟ ਆਊਟ ਹੋਇਆ ਸੀ ਉੱਥੇ ਅੰਕਿਤ ਰਾਣਾ ਦਾ ਨਾਮ ਆਇਆ, ਇਹ ਅਸੀਂ ਵੈਰੀਫਾਈ ਕਰਾਂ। ਉਹ ਅੰਕਿਤ ਡਿਫਰੈਂਟ ਸੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਅੰਕਿਤ ਤਾਂ 2019 ਵਿੱਚ ਫੜਿਆ ਗਿਆ ਸੀ, ਉਹ ਹੋਰ ਸੀਗਾ, ਉਹ ਜਿਹੜਾ ਉਹ ਸੀਗਾ ਉਹ ਫੜਿਆ ਗਿਆ ਸੀ, ਉਹਦਾ ਆਈ ਥਿੰਕ ਡੈਥ ਵੀ ਹੋ ਗਈ ਸੀ, ਉਹ ਡਿਫਰੈਂਟ ਸੀ। ਤੇ ਇਹ ਚ ਦੂਸਰਾ ਜਿਹੜਾ ਹੈ ਹਰਪ੍ਰੀਤ ਸਿੰਘ ਉਰਫ ਮੱਖਣ, ਇਹਦੇ ਉੱਤੇ 10 FIRs ਦਰਜ ਨੇ, ਤੇ ਮੈਜੋਰਟੀ ਇਹਦੇ ਵਿੱਚ ਪਟਿਆਲਾ, ਇਹ ਪਟਿਆਲੇ ਦਾ ਰਹਿਣ ਵਾਲਾ, ਤੇ ਕਾਫੀ FIRs ਪਟਿਆਲੇ ਦੀਆਂ ਨੇ, 357, 397, 302 ਅਸਲਾ ਐਕਟ, ਡਬਲ ਮਰਡਰ ਕੇਸ ਵੀ ਹੈ ਇੱਥੇ, ਤੇ ਕਾਫੀ ਵੱਡਾ ਇਹਦਾ ਕ੍ਰਿਮੀਨਲ ਰਿਕਾਰਡ ਹੈ ਜਿਹੜਾ ਹਰਪ੍ਰੀਤ ਸਿੰਘ ਉਰਫ ਮੱਖਣ ਹੈ। ਡਬਲ ਮਰਡਰ ਡਿਟੇਲਸ ਤੁਹਾਨੂੰ ਅਸੀਂ ਸੈਪਰੇਟਲੀ ਸ਼ੇਅਰ ਕਰ ਦਿੰਦੇ ਹਾਂ, ਜਿਹੜੀ ਹੈਗੀ ਪਟਿਆਲੇ ਦਾ ਹੀ ਹੈ ਡਬਲ ਮਰਡਰ। ਅੰਕਿਤ ਰਾਣਾ ਆਪਣੇ ਮੋਹਾਲੀ ਪੁਲਿਸ ਤੋਂ ਕਿਹੜੇ ਕੇਸ ਤੋਂ ਮੋਹਾਲੀ ਸੀ? ਜਿਹੜਾ ਅੰਕਿਤ ਰਾਣਾ ਹੈ ਇਹ ਵਾਂਟਡ ਬਾਏ ਪੰਚਕੂਲਾ, ਤੇ ਇਹਦੇ ਉੱਤੇ ਵੈਸੇ ਮੋਹਾਲੀ ਦੇ ਇੱਕ ਤਾਂ ਢਕੌਲੀ ਦਾ 2022 ਦਾ ਕੇਸ ਦਰਜ ਹੈ, ਤੇ ਇੱਕ ਜ਼ੀਰਕਪੁਰ ਦਾ 2022 ਦਾ ਕੇਸ ਦਰਜ ਹੈ ਐਕਸਟੋਰਸ਼ਨ ਦਾ, ਆਰਮਸ ਐਕਟ ਦਾ। ਸਰ ਇਹ ਉਹੀ ਤਾਂ ਨਹੀਂ ਅੰਕਿਤ ਰਾਣਾ ਜੋ ਕਿ ਹੋਟਲ ਵਿੱਚ ਜਾ ਕੇ ਰਮਜ਼ਾਨੀ ਮੰਗਦੇ ਸੀਗੇ? ਉਹੀ ਫੜਿਆ ਸੀਗਾ ਪਿਛਲੇ, ਇਹ ਉਹੀ ਸਿੰਮ ਇਹ ਤਿੰਨ ਕੇਸਿਸ ਬਾਰੇ ਅੱਜ ਦੀ ਪ੍ਰੈਸ ਕਾਨਫਰੰਸ ਸੀਗੀ। ਹਾਂਜੀ, ਸ਼ਾਰਟ ਮੀਟਿੰਗ ਕਰਾ ਦਿੰਦੇ, ਸੈਪਰੇਟ ਕਰਾ ਦਿੰਦੇ, ਸੈਪਰੇਟ ਕਰਾ ਦਿੰਦੇ। ਸਰ ਉਹ ਜੁਝਾਰ ਨਗਰ ਮੇ ਜੋ ਗਾੜੀ ਹੋਇਆ ਤਾਂ ਅੰਮ੍ਰਿਤਸਰ ਵਾਲਾ, ਉਸਮੇ ਸਰ ਕੁਛ ਉਸਮੇ ਐਕਚੁਲੀ ਜੋ ਬੰਦੇ ਜੁਝਾਰ ਨਗਰ ਚ ਜਿਹੜਾ ਗੱਡੀ ਵਾਲਾ ਸੀਗਾ ਇੰਸੀਡੈਂਟ ਹੋਇਆ ਸੀਗਾ, ਉਹਦੇ ਵਿੱਚ ਜਦੋਂ ਬੰਦੇ ਭੱਜੇ ਸੀ ਗੱਡੀ ਛੱਡ ਕੇ, ਤਾਂ ਉਹਨਾਂ ਦੀਆਂ ਕਲੀਅਰ CCTV ਫੁਟੇਜਸ ਤੇ ਫੋਟੋ ਸਾਨੂੰ ਆ ਗਈਆਂ ਸੀਗੀਆਂ, ਉਹ ਫੋਟੋ ਸਾਡੇ ਕੋਲ ਵੀ ਹੈਗੀਆਂ, ਤੇ ਅੰਮ੍ਰਿਤਸਰ ਪੁਲਿਸ ਨੂੰ ਵੀ ਅਸੀਂ ਪ੍ਰੋਵਾਈਡ ਕਰਤੀਆਂ ਸੀਗੀਆਂ। ਤਾਂ ਜਿਹੜੇ ਅੰਮ੍ਰਿਤਸਰ ਪੁਲਿਸ ਨੇ ਫਰਦਰ ਉਹ 'ਚ ਐਕਸ਼ਨ ਲੈਂਦੇ ਹੋਏ, ਜਿੱਥੇ ਤੱਕ ਮੇਰੀ ਇਨਫੋਰਮੇਸ਼ਨ, ਸ਼ਾਇਦ ਉਹ ਬੰਦੇ ਇੱਕ ਦੋ ਫੜ ਲਏ ਹੈਗੇ ਉਹਨਾਂ 'ਚੋਂ, ਬਟ ਉਹ ਐਗਜੈਕਟ ਮੈਂ ਵੈਰੀਫਾਈ ਕਰ ਲੈਣਾ ਕੀ ਬਣਿਆ, ਪਰ ਅਸੀਂ ਉਹ ਫੁਟੇਜਿਸ ਉਹਨਾਂ ਨੂੰ ਪ੍ਰੋਵਾਈਡ ਕਰਤੀਆਂ ਸੀ, ਜਿਹਦੇ ਨਾਲ ਉਹ ਉਸੇ ਇਲਾਕੇ ਦੇ ਰਹਿਣ ਵਾਲੇ ਬੰਦੇ ਸੀ, ਤਾਂ ਉਹਨਾਂ ਨੇ ਈਜ਼ੀਲੀ ਟਰੇਸ ਕਰ ਲਈ ਸੀ ਪੈਸੇ ਦਾ। ਹੋਰ ਕੁਝ? ਠੀਕ ਹੈ ਜੀ, ਥੈਂਕ ਯੂ ਸੋ ਮਚ। ਇਹ ਮੇਰੇ ਮਾਲ ਦਾ ਜੀ, ਦੂਜੇ ਲੈ ਲਓ।